ये जिहड़ी मूवमेंट है कोई हुण 2-4 बच्चों की नहीं, तुसीं देखो अज किड्डा वड्डा इकट्ठा है और हर हफ्ते वधदा जा रहा है। पर आ जिहड़े बच्चे देखो 45 दिन हो गए ने, टैंपरेचर हुण कैनेडा दा वैदर माइनस विच जा रहा है जी, बड़ी ठंड है, तंबूआं दे विच पए ने, ये कौन जिम्मेवार है? जे किसी बच्चे की हैल्थ नूं कुछ हो गया जां कुछ हो गया कि ये प्रोविंशियल गवर्नमेंट, फैडरल गवर्नमेंट जां जिहड़ी साडी सिटी गवर्नमेंट आ उह आ, ये तुहाडे बॉर्डर क्रॉस करके चोरी ते आए नहीं, ये तुसीं आप लियांदे इक सिस्टम दे, बहुत एग्री होए कॉन्टैक्ट करके लियांदे। इन्हां दी जिहड़ी मंगां ने ओह हक्की ने, जायज़ ने, क्योंकि बहुत फीसां भर चुके ने, लखां रुपया पंजाब तों लिया के सरकार दे खात्यां च पा चुके ने। इस करके साडी बेनती है सरकार नूं कि इन्हां दीआं मंगां वल ध्यान दित्ता जावे। जिहड़े संघर्ष हुंदे आ इह शौक नहीं हुंदे, इह मजबूरियां हुंदियां ने। जिहड़े बच्चे आ चंगे घरां दे बच्चे आ, उत्थे महिलां वर्गे घरां च रहिंदे सी, इत्थे तंबू लाए बैठे ने। कोई तां कहूगा इह खालिस्तानी ने, कोई कहूगा जी इह RSS दे टॉट ने, इंडिया दे उह ने। यार इह क्यों नहीं समझदे स्टूडेंट ने, इह अपने, इह तां डिमांडां मंगदे अपने रहिण दे लई, इहनां नूं बिपता पई है वी सानूं रहिण दा मौका दित्ता जावे। सोच लोकां दी कित्थे चलेगी? तुसीं इह वी कहिंदे हो वी अगले साल तुहानूं 4.5 लाख इह बंदा होर चाहीदा है, ते इह जिहड़े सिस्टम दे विच आए ने, जिहड़े पाइपलाइन च पए ने, ਇਹਨਾਂ ਦੇ ਕੇਸ ਵਿਚਾਰੋ ਤੁਸੀਂ, ਇਹਨਾਂ ਨੂੰ ਪੱਕਾ ਕਰ ਦਿਓ। ਆਮ ਵੀ ਬੰਦੇ ਬਹੁਤ ਕਹਿੰਦੇ ਨੇ ਵੀ ਇਹ ਹੁੱਲੜਬਾਜ਼ੀ ਕਰਦੇ ਨੇ, ਇੱਥੇ ਕੋਈ ਤੁਹਾਨੂੰ ਲੱਗਿਆ ਇੱਥੇ ਪਾਠ ਵੀ ਕਰਦੇ ਬੱਚੇ, ਸ਼ਾਮ ਤੁਸੀਂ ਪਹਿਲਾਂ ਵੀ ਆਉਂਦੇ ਹੋਏਗੇ। ਉਹ ਜਿਹੜੇ ਲੋਕਾਂ ਨੇ ਘੁਰਨਿਆਂ ਚੋਂ ਨਹੀਂ ਨਿਕਲਣਾ, ਫੇਸਬੁੱਕ 'ਤੇ ਜਾਂ ਸੋਸ਼ਲ ਮੀਡੀਆ 'ਤੇ ਰਹਿਣਾ, ਉਹਨਾਂ ਨੂੰ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ। ਸਾਡਾ ਲਗਾਤਾਰ ਇੱਥੇ ਗੇੜਾ ਵੱਜਦਾ ਰਹਿੰਦਾ, ਸਾਨੂੰ ਪਤਾ ਕੀ ਮਾਹੌਲ ਆ, ਕਿਵੇਂ ਬੱਚੇ ਆਪਦਾ ਟਾਈਮ ਟਪਾ ਰਹੇ ਆ। ਮੈਂ ਉੱਥੇ ਵੀ ਬੋਲਦਿਆਂ ਕਿਹਾ ਸੀ ਵੀ ਇਹ ਸਾਡਾ ਮੁਲਕ ਹੈ, ਤੁਹਾਡਾ ਮੁਲਕ ਹੈ, ਸਾਰਿਆਂ ਦਾ ਮੁਲਕ ਹੈ। ਬੇਸ਼ੱਕ ਕੋਈ 400 ਵਰੇ ਪਹਿਲਾਂ ਆਇਆ ਜਾਂ 100 ਵਰੇ ਜਾਂ ਕੋਈ ਕੱਲ੍ਹ ਹੀ ਆਇਆ, ਸਾਡੇ ਸਾਰਿਆਂ ਦਾ ਮੁਲਕ ਹੈ। ਹਾਂਜੀ, ਅੱਜ ਪ੍ਰੋਟੈਸਟ ਦਾ 46ਵਾਂ ਦਿਨ ਹੋ ਗਿਆ। ਪਹਿਲੇ ਦਿਨ ਤੋਂ ਜਿਹੜੀ ਪਰਸਨੈਲਿਟੀ ਮੇਰੇ ਨਾਲ ਨਾਲ ਖੜੀ ਆ, ਬ੍ਰੈਂਪਟਨ ਦੀ ਬਹੁਤ ਖਾਸ ਪਰਸਨੈਲਿਟੀ ਇੰਦਰਜੀਤ ਸਿੰਘ ਬਲ, ਪਹਿਲੇ ਦਿਨ ਤੋਂ ਇਹ ਸਟੂਡੈਂਟਾਂ ਦੇ ਨਾਲ ਨੇ। ਹਾਲਾਂਕਿ ਜਦੋਂ ਸਟੂਡੈਂਟ ਇਹ ਅਸੀਂ ਕੋਈ ਵੀਡੀਓ ਪਾਉਂਦੇ ਹਾਂ ਜਾਂ ਆਮ ਗੱਲ ਹੁੰਦੀ ਆ ਤਾਂ ਬਹੁਤ ਜ਼ਿਆਦਾ ਵਿਰੋਧ ਵੀ ਹੁੰਦਾ, ਪਰ ਬਲ ਸਾਹਿਬ ਤੋਂ ਜਾਣਾਂਗੇ ਅੱਜ ਦੀ ਇਸ ਪੂਰੀ ਗੱਲਬਾਤ ਬਾਰੇ। ਬਲ ਸਾਹਿਬ, ਪਹਿਲੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਮੈਨੂੰ ਤੁਹਾਡੇ ਬਾਰੇ ਕਾਫੀ ਕੁਝ ਪਤਾ, ਪਰ ਮੈਂ ਚਾਹੁੰਦਾ ਮੇਰੇ ਦਰਸ਼ਕਾਂ ਨੂੰ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਇੰਟਰੋ ਜ਼ਰੂਰ ਕਰਾ ਦਿਓ ਪਹਿਲਾਂ। ਦੇਖੋ, ਮੈਨੂੰ ਮੇਰਾ ਨਾਮ ਇੰਦਰਜੀਤ ਸਿੰਘ ਬਲ ਹੈ ਜੀ, ਮੈਂ ਫਾਰਮਰ ਪ੍ਰੈਜ਼ੀਡੈਂਟ ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ, ਐਂਡ ਆਮ ਆਲਸੋ ਫਾਰਮਰ ਜੱਜ ਔਨ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਜੀ। ਮੈਨੂੰ ਤਕਰੀਬਨ ਇੱਥੇ 48 ਵਰੇ ਹੋ ਗਏ ਨੇ ਇਸ ਮੁਲਕ ਦੇ ਵਿੱਚ ਆਇਆਂ ਨੂੰ ਜੀ। ਆਹ ਜਿਹੜਾ ਆਪਾਂ ਦੇਖ ਰਹੇ ਹਾਂ ਨਾ ਸੰਘਰਸ਼ ਸਟੂਡੈਂਟਸ ਦਾ ਜੀ, ਇਹ ਸੰਘਰਸ਼ ਕੋਈ ਨਵਾਂ ਨਹੀਂ ਆ। ਇਹ ਪਹਿਲਾਂ ਵੀ ਜਦੋਂ ਆਈ ਸੀ ਉਦੋਂ ਵੀ ਸਾਨੂੰ ਆਪਣੇ ਹੱਕਾਂ ਦੀ ਲੜਾਈ ਲਈ ਇਹ ਲੜਾਈਆਂ ਲੜਨੀਆਂ ਪਈਆਂ। ਅੱਜ ਮੈਂ ਦੇਖਿਆ ਬਹੁਤ ਸਾਰੇ ਪੁਰਾਣੇ ਬੰਦੇ ਜਿਨ੍ਹਾਂ ਨੇ ਈਸਟ ਇੰਡੀਆ ਡਿਫੈਂਸ ਕਮੇਟੀ ਬਣਾਈ ਸੀ ਸੰਘਰਸ਼ੀ, ਉਹ ਵੀ ਇੱਥੇ ਅੱਜ ਆਏ ਨੇ ਜੀ। ਇਹ ਮੈਂ ਇਹਨਾਂ ਦਾ ਬਿਗ ਟਾਈਮ ਸਪੋਰਟਰ ਹਾਂ ਜੀ। ਠੀਕ ਹੈ ਜੀ। ਇਹ ਸਟੂਡੈਂਟਸ ਦਾ ਖਾਸ ਕਰਕੇ ਜਦੋਂ ਦੀ ਇਹਨਾਂ ਦੀ ਆਮਦ ਜ਼ਿਆਦਾ ਵਧੀ ਹੈ ਪਿਛਲੇ 10 ਸਾਲਾਂ ਦੇ ਵਿੱਚ, ਔਰ ਇਹਨਾਂ ਨੂੰ ਗਵਰਨਮੈਂਟ ਨੇ ਲਿਆਂਦਾ ਆਪਣੀ ਇਕਾਨਮੀ ਨੂੰ, ਜਿਹੜੀਆਂ ਯੂਨੀਵਰਸਿਟੀਆਂ ਅਤੇ ਕਾਲਜਿਸ ਸੀ ਸਫ਼ਰ ਕਰ ਰਹੇ ਸੀ ਜੀ। ਅੱਜ $32 billion ਐਨੂਅਲੀ ਇੱਥੇ ਦੇ ਕਾਲਜ ਅਤੇ ਯੂਨੀਵਰਸਿਟੀਆਂ ਦੇ ਆਰ ਮੇਕਿੰਗ ਆਫ ਇੰਟਰਨੈਸ਼ਨਲ ਸਟੂਡੈਂਟਸ ਜੀ। ਇੰਨੀ ਤਾਂ ਇਕਾਨਮੀ ਛੋਟੇ ਅਫਰੀਕਨ ਕੰਟਰੀਆਂ ਦੀ ਵੀ ਹੁੰਦੀ ਹੈ ਜੀ। ਹੁਣ ਉਹ ਬੰਦੇ ਰੱਜ ਗਏ ਨੇ, ਹੁਣ ਅਗਲਾ ਸਾਲ ਜਿਹੜਾ ਉਹ ਇਲੈਕਸ਼ਨ ਈਅਰ ਹੈ ਜੀ, ਇਹਨਾਂ ਨੂੰ ਇੱਕ ਪੋਲੀਟੀਕਲ ਫੁੱਟਬਾਲ ਬਣਾਇਆ ਜਾ ਰਿਹਾ ਹੈ ਵੋਟਾਂ ਨੂੰ ਖੁਸ਼ ਕਰਨ ਵਾਸਤੇ, ਲੈਣ ਵਾਸਤੇ ਜੀ। ਪਰ ਮੈਂ ਸਮਝਦਾ ਹਾਂ ਕਿ ਇਹ ਭੁਲੇਖਾ ਹੀ ਹੁੰਦਾ ਸਰਕਾਰਾਂ ਦਾ ਜਾਂ ਆਪੋਜੀਸ਼ਨ ਪਾਰਟੀਆਂ ਦਾ ਜੀ। ਇਹ ਬੰਦੇ ਤੁਸੀਂ ਇਹ ਤੁਹਾਡੇ ਬਾਰਡਰ ਕ੍ਰੋਸ ਕਰਕੇ ਚੋਰੀ ਤੇ ਆਏ ਨੇ, ਇਹ ਤੁਸੀਂ ਆਪ ਲਿਆਂਦੇ ਇੱਕ ਸਿਸਟਮ ਦੇ, ਬਹੁਤ ਐਗਰੀ ਹੋਏ ਕੰਟੈਕਟ ਕਰਕੇ ਲਿਆਂਦੇ ਜੀ। ਇਹਨਾਂ ਨੇ 3 ਗੁਣਾ ਜ਼ਿਆਦਾ ਫੀਸਾਂ ਦਿੱਤੀਆਂ ਜਿਹੜੀ ਅਸੀਂ ਬੱਚੇ ਦਿੰਦੇ ਸੀ ਜੀ। ਔਰ ਇਹ ਦੇਖੋ ਕਿੰਨਾ ਇਹਨਾਂ ਵਾਸਤੇ ਮੁਸ਼ਕਲ ਆ, 18-19 ਸਾਲ ਦੇ ਬੱਚੇ ਨੂੰ ਆ ਕੇ $30,000-35,000 ਸਾਲ ਦਾ ਉਹਨਾਂ ਦਾ ਜਿਹੜਾ ਖਰਚਾ ਉਹ ਕੱਢਣਾ, ਔਰ ਆਲ ਆਫ ਸਡਨ ਤੁਸੀਂ ਇਹੋ ਜਿਹਾ ਡਿਸੀਜਨ ਕਰਦੇ ਹੋ ਕਿ ਇਹਨਾਂ ਨੂੰ ਅਸੀਂ ਹੁਣ ਵਰਕ ਪਰਮਿਟ ਰਿਨਿਊ ਨਹੀਂ ਕਰਾਂਗੇ। ਮੈਂ ਸਮਝਦਾ ਬੜਾ ਵੱਡਾ ਅਨਿਆਏ ਇਹਨਾਂ ਦੇ ਨਾਲ ਜੀ। ਫਿਰ ਤੁਸੀਂ ਇਹ ਵੀ ਕਹਿੰਦੇ ਹੋ ਵੀ ਅਗਲੇ ਸਾਲ ਤੁਹਾਨੂੰ 4.5 ਲੱਖ ਇਹ ਬੰਦਾ ਹੋਰ ਚਾਹੀਦਾ, ਤੇ ਇਹ ਜਿਹੜੇ ਸਿਸਟਮ ਦੇ ਵਿੱਚ ਆਏ ਨੇ, ਜਿਹੜੇ ਪਾਈਪਲਾਈਨ 'ਚ ਪਏ ਨੇ, ਇਹਨਾਂ ਦੇ ਕੇਸ ਵਿਚਾਰੋ ਤੁਸੀਂ, ਇਹਨਾਂ ਨੂੰ ਪੱਕਾ ਕਰ ਦਿਓ। ਅਸੀਂ ਬਿਲਕੁਲ ਉਹਨਾਂ ਬੱਚਿਆਂ ਦੇ ਹੱਕ 'ਚ ਨਹੀਂ ਜਿਹੜੇ ਗਲਤ ਕੰਮ ਕਰਦੇ ਨੇ, ਤੇ ਉਹ ਮੈਂ ਉਹਨਾਂ ਨੂੰ ਇਹ ਨਹੀਂ ਮੈਂ ਕਹਿੰਦਾ ਵੀ ਉਹ ਬੱਚੇ ਉੱਥੇ ਦੇ ਕਰਦੇ ਨੇ, ਸਾਡੇ ਵੀ ਬੱਚੇ ਕਰਦੇ ਨੇ। ਉਹਨਾਂ ਨੂੰ ਲੈਟ ਦਾ ਲਾ ਟੇਕ ਕੇਅਰ ਆਫ ਦੈਮ, ਚਾਰਜ ਕਰੋ ਉਹਨਾਂ ਦਾ, ਟ੍ਰਾਇਲ ਕਰੋ, ਉਹਨਾਂ ਨੂੰ ਵਾਪਸ ਕਰ ਦਿਓ,
पर आ जिहड़े बच्चे देखो 45 दिन हो गए ने टैंपरेचर हुण कैनेडा दा वैदर माइनस विच जा रहा जी बड़ी ठंड है तंबुआं दे विच पए ने मैं अज इह गल कह रहा सीगा कि इह कौन जिम्मेवार है जे किसी बच्चे की हैल्थ नूं कुछ हो गया जां कुछ हो गया कि यह प्रोविंशियल गवर्नमेंट फैडरल गवर्नमेंट जां जिहड़ी साडी सिटी गवर्नमेंट आ उह इहनां दे केस विचारने चाहीदे ते जल्दी तों जल्दी फैसला करना चाहीदा है। ये जिहड़ी मूवमेंट है ये कोई हुण 2-4 बच्चों की नहीं तुसीं देखो अज किड्डा वड्डा इकट्ठ है और हर हफ्ते वधदा जा रहा है। अज मैं देखदा सी यूनिवर्सिटियां दे प्रोफेसर भी इत्थे आए ने दूजियां कम्यूनिटियां दे जिहड़े आ एक्टिविस्ट लोग ने वह भी आए ने अखबारों वाले भी आए ने इन्हां दे हाँ दा नारा मारन आए ने। सो मेरी बेनती है कि इन्हां दे केस विचार करके ये जिहड़े एलिजिबल ने इमीग्रेशन वास्ते इन्हां नूं पक्का करो ये अगे 40 साल इन्हां ने तुहाडे लई काम करना ते अपने मुल्क दा सरमाया ने अपने काम आउणगे जी। एक ना जो कोई वीडियो पाने जी लोग थले कमेंट करते हैं कोई तो कहूगा खालिस्तानी ने कोई कहूगा जी ये RSS के टाउट ने इंडिया के वह ने यार ये क्यों नहीं समझते स्टूडेंट ने यह अपने ये तो डिमांडा मंगते अपने रहने के लिए इन्हों विपता पी है भी सू रह का मौका दिता जाए सोच लोगों की कितने चलेगी वह बस जी कहीं ना कहीं ने जिन्हें अपने कुछ योगदान नहीं पाना होंगे किसी संघर्ष वो योजना लोग हमेशा होदिशा करते हैं सानू बहुत उन्होंने फिक्र करने की लोड़ नहीं खालिस्तानियों भी अपने राइट्स हो सकते हैं RSS के अपने राइट हो सकते हैं उन्हों का अपना कोई हो सकता एजेंडा हो सकता पर इतने आके देखो जो बच्चे आ यंग कि सफ़र कर रहे हैं सानू सारे सपोर्ट करनी चाहिए। तुम पहले दिन तो डटे हुए स्टूडेंट नाल चलो इन्हों का विरोध इतने भी लंघते कई सपोर्ट भी बहुत है पर चलो विरोध भी है कितना कितने है ना ਤੁਹਾਨੂੰ ਲੋਕਾਂ ਦੇ ਕੀ ਵਿਚਾਰ ਆਉਂਦੇ ਆ ਆਮ ਕਿਸੇ ਨਾਲ ਬੈਸ ਬਸਈਆ ਹੋਇਆ ਵੀ ਆਓ ਸਟੂਡੈਂਟ ਸਪੋਰਟ ਦੇ ਲਈ ਕੁਛ ਇੱਦਾਂ ਦਾ ਕੁਛ ਵੀ ਨਹੀਂ ਮੈਨੂੰ ਵੀ ਆਉਂਦੇ ਨੇ ਕਿ ਵੀਡੀਓ ਮੈਨੂੰ ਭੇਜਦੇ ਨੇ ਕਿ ਦੇਖੋ ਟ੍ਰਿਨਿਟੀ ਮਾਲ 'ਚ ਕੀ ਹੋ ਗਿਆ ਸ਼ੇਡਨ ਮਾਲ 'ਚ ਕੀ ਹੋ ਗਿਆ ਫਲਾਨੇ 'ਚ ਕੀ ਹੋ ਗਿਆ ਪਰ ਮੈਂ ਉਹਨਾਂ ਨੂੰ ਕਨਵਿੰਸ ਕਰਦਾ ਕਿ ਕੁਝ ਪਰਸੈਂਟ ਲੋਕ ਹੁੰਦੇ ਨੇ ਜਦੋਂ ਅਸੀਂ ਅੱਜ ਤੋਂ 40-50 ਸਾਲ ਪਹਿਲਾਂ ਇੱਥੇ ਆਏ ਉਦੋਂ ਵੀ 2% ਹੁੰਦੇ ਸੀ ਇਹ ਇੰਨੇ ਕੀ ਹੁੰਦੇ ਨੇ ਉਹ 2% ਦੀਆਂ ਗਲਤੀਆਂ ਦਾ ਕਰਕੇ ਆਪਾਂ 98% ਲੋਕਾਂ ਨੂੰ ਤੇ ਸਜ਼ਾ ਨਹੀਂ ਨਾ ਦੇ ਸਕਦੇ ਤੇ ਇਸ ਕਰਕੇ ਮੈਂ ਤੇ ਉਹਨਾਂ ਨੂੰ ਕਨਵਿੰਸ ਕਰ ਦਿੰਦਾ ਵੀ ਚਲੋ ਇਹਨਾਂ ਦੀ ਮਦਦ ਕਰੋ ਆਪਾਂ ਤਾਂ ਉਹਨਾਂ ਦੇ ਹੱਕ 'ਚ ਹੀ ਨਹੀਂ ਜੀ ਜਿਹੜੇ ਬੰਦੇ ਗਲਤ ਕਰਦੇ ਕਦੀ ਵੀ ਉਹਨਾਂ ਦੇ ਹੱਕ 'ਚ ਨਹੀਂ ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਹਰ ਤਰ੍ਹਾਂ ਇੱਥੇ ਆ ਕੇ ਕਰੋ ਇਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਕਰੋ ਇਹਨਾਂ ਨੂੰ ਖਾਣਾ ਪਹੁੰਚਾਓ ਮੈਨੂੰ ਪਤਾ ਲੱਗਾ ਬਹੁਤ ਸਾਰੇ ਗੁਰਦੁਆਰੇ ਹੋਰ ਸੰਸਥਾਵਾਂ ਇਹਦੀ ਸਪੋਰਟ ਕਰ ਰਹੀਆਂ ਮੈਂ ਸਾਰੀ ਕਮਿਊਨਿਟੀ ਨੂੰ ਬੇਨਤੀ ਕਰਾਂਗਾ ਕਿ ਸਪੋਰਟ ਕਰਨੀ ਚਾਹੀਦੀ ਹੈ ਜੀ। ਇੱਕ ਗੱਲ ਦੱਸਿਓ ਵੀ ਜਿਵੇਂ ਹੁਣ ਤੁਸੀਂ ਕਿਹਾ ਵੀ ਬਹੁਤ ਲੋਕ ਇਹ ਕਹਿੰਦੇ ਆ बच्चे स्टडी करना ऐसी स्टडी करो SOB भी लिख के आए हो कहें है ना स्टडी करो तो वापस जाओ तुम्हें कहा भी जोड़ा बंदा एक दिन भी रात भी इतने आ गया इतने लैंड हो गया वह राइट इतने हक रहन का मंगण का डिमांड पर जो लोग कहें भी स्टडी करना ऐसी स्टडी करो तो वापस जाओ उन्होंने किमें देखते हो नहीं नहीं इस मुल्क बंद की लड़ है जी इतने की किसी भी कंट्री सरवाइव करने वास्ते 2.9% आबादी जी इनक्रीज चाहिए है जी आलमोस्ट 3 बच्चे ते साड़ी जिहड़ी आ साड़ी एको ही बच्चा साड़ी जिहड़ी आबादी वध रही आ सानू उस मुल्क नू चलाउण वास्ते सानू हर साल जिहड़ी इमीग्रेशन पॉलिसी है ना 80s दे विच उन्होंने कहा सी कि 1% ऑफ द टोटल पापूलेशन माइग्रेशन होनी जरूरी आ पर हुण जिहड़ी साड़ी एजिंग पापूलेशन है मेरे वर्गे लोग जिन्हां नू बेबी बूमर्स कहिंदे आ 45 तों बाद जम्मे सन उन्होंने हैल्थ इशूज़ ने उन्होंने बेनीफिट्स उन्होंने पेंशन आ तो जे लोग यंग नहीं आउणगे तो काम कित्थों करनगे कैनेडियन पापूलेशन तो वध ही नहीं रही इस करके साढ़े इस मुल्क नूं इमीग्रेंट्स की लोड़ है जिहड़े इत्थे के आके काम कर सकन मैं उत्थे भी बोलदिआं कहा सी भी इह साडा मुल्क है तुहाडा मुल्क है सारिआं दा मुल्क है बेशक कोई 400 वरे पहलां आया जां 100 वरे जां कोई कल ही आया साढ़े सारिआं दा मुल्क है। मैं इह भी कहा है कि साढ़े फर्स्ट वर्ल्ड वार दे विच साढ़े बजुर्गों दी कबर मिलदियां ने किचनर दे विच मॉन्ट्रियल दे विच कब्रिस्तान चल जाओ उत्थे सिखां दी कबर मिलदियां ने 68,000 सिख सैकंड वर्ल्ड वार च शहीद हो गए यूरोप दे विच उन्हां दी कबर भरियां पईआं ने 37,000 सिख जिहड़ा फर्स्ट वर्ल्ड वार शहीद होया उन्हां दी कबर भरियां पईआं ने आर वी गुड इनफ टू डाई नॉट गुड इनफ टू लिव हियर इह साडा कंट्री है दिस कंट्री इज वर्थ फाइटिंग फॉर वर्थ लिविंग फॉर ਆਪਾਂ ਇਸ ਬਸ ਮੈਂ ਇਹ ਕਹਿੰਦਾ ਵੀ ਇੱਥੇ ਦੇ ਕਾਇਦੇ ਕਾਨੂੰਨ ਨਾ ਤੋੜੋ ਤੇ ਇਹ ਜਿਹੜੇ ਬੱਚੇ ਇਹਨਾਂ ਨੂੰ ਗਵਰਨਮੈਂਟ ਇਹਨਾਂ ਨੂੰ ਪੱਕਾ ਕਰੇ ਤਾਂ ਕਿ ਆਪਣੇ ਕੰਮਾਂ ਕਰ ਸਕੇ। ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਦੇਣ ਆ ਪੰਜਾਬੀਆਂ ਦੀ ਖਾਸ ਕਰਕੇ ਕੈਨੇਡਾ ਨੂੰ ਅੱਗੇ ਵਧਾਉਣ ਲਈ ਅੱਗੇ ਵੀ ਸਾਡੇ ਸਟੂਡੈਂਟ ਨੇ ਲਗਾਤਾਰ ਮਿਹਨਤਾਂ ਕਰਕੇ ਡਟ ਕੇ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਰਹਿ ਕੇ ਕੈਨੇਡਾ ਦਾ ਅੱਗੇ ਵਧਾ ਚਾਹੁੰਦੇ ਨੇ ਚਾਹੁੰਦੇ ਵੀ ਕੈਨੇਡਾ ਦੇ ਵਿੱਚ ਅਸੀਂ ਰਹੀਏ ਅਸੀਂ ਇੱਥੇ ਦੇ ਸੋਹਣੇ এনवायरमेंट ਨੂੰ ਮਾਣੀਏ ਇੱਥੇ ਚੰਗੀਆਂ ਅੱਗੇ ਤਰੱਕੀਆਂ ਕਰੀਏ ਤੇ ਅੱਜ ਪ੍ਰੋਟੈਸਟ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਇਕੱਠ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਨ ਸਾਡੇ ਪੁਰਾਣੇ ਬਜ਼ੁਰਗ ਪਹੁੰਚ ਗਏ ਹੈ ਨਾ
बार बार रिक्वेस्ट करते थे, बहुत सारे कमेंट भी आते भी पुराने बंदे साथ नहीं दे रहे, पर अज साथ दी मैं कहना धज्जियां डातियां तो कट बहुत ज्यादा आ। गलबात भी करते हैं बजुर्गों, बजुर्गों किमें लगता तुहानू स्टूडेंट बैठे आ पिछले 45-46 दिन हो गए यह जी कंट्री विच कनेडा वर्गे मुल्क विच बहुत औखा एक दिन छड्डना, भी अज तुसीं सपोर्ट लई आए की कहना चाहुंदे हो? अस तो यही कहना चाहते हैं बी सरकार नूं बेनती करते हैं कि भी इन्हां दे मसले वल ध्यान दिता जाए, जो इन्हां दीआं मंगां उन्हां नूं तुरंत मन्निया जाए ता जो आने वाले समय के जो कनेडा का जिहड़ा माहौल माड़ा होने वाले जा रहा उन्होंने असं किमें ना किमें कंट्रोल कर सकीए। पर मैं थोड़ी जी गल होर कहूँगा कि कुछ लोग साढ़े वर्गे ही साढ़े पुराने जोड़े लोग इतने वो बड़ा इस दी चर्चा करते भी इन्होंने किमें गंद पाया होया, बच्चों ने जे किया वो किया हो, पर जो असं उन्होंने घोख पड़ताल करते हैं पुलिस को भी बेनती करते हैं भी इनकुआरी करो तो पुलिस भी उन्हां दी इनकुआरी करके उन्हां ते कोई कार्रवाई नहीं करती क्योंकि उन्हां दा पिछोकड़ पुराने सरदे पुजदे परिवारां दे छोकरियां वल्लों आ जिहड़े मौलां दे विच जा के बदमाशी करदे आ ते उह ना जवाकां दा वजदा। इस करके असीं बेनती करदे आ भी सरकार इस गल नूं भी वेरीफाई करे कि भी वह कौन ने मौलां दे विच इस तरह करन वाले, ये बच्चों ते ना मतलब दोष लाया जाए। इन्हां कोल तां मतलब टाइम ही है नहीं क्योंकि जिन्हां ने फीसां पूरियां करनियां, जिन्हां ने घर के खर्चे भी तोरने आ, जिन्हां ने आपदी रहायश का खर्चा भी देना, थोनों पता ही है इत्थे किन्ने किन्ने किराए ने बेसमेंटा वगैरह के जिथे बच्चे आपदा दिन कट्टी करते आ। लाजमी है कि मतलब इन्हां दी जिहड़ी मंगा ने वह हक्की ने जायज़ ने क्योंकि बहुत फीसा भर चुके ने, लखां रुपया पंजाब तो लिया के सरकार के खात्या च पा चुके ने। इस करके साडी बेनती है सरकार नूं कि इन्हां दीआं मंगां वल ध्यान दिता जाए। एक तुसीं देखो 45-46 दिन हो गए है ना, जिवें तुसीं कहा भी बहुत सारे लोग कमेंट करते हैं जां आम भी बंदे बहुत कहिंदे ने भी यह हुल्लड़बाजी करते हैं, इत्थे कोई तुहानूं लग्गे इत्थे पाठ भी करते बच्चे शाम तुसीं पहलां भी आउंदे होएंगे हो, किन्ना वधिया पीसफुली माहौल है, कोई इहो जिहा लगदा नहीं माहौल जिवें दा दिखाया जांदा? बेटा गल इह आ जिहड़े लोगों ने घुरनिआं चों नहीं निकलना फेसबुक ते जां सोशल मीडिया ते रहना उन्हां नूं इन्हां गल्लां दा कोई पता नहीं, साडा लगातार इत्थे गेड़ा वजदा रहिंदा, सानू पता की माहौल आ, किवें बच्चे आपदा टाइम टपा रहे आ। और जिहड़े लोग इह गल्लां करदे ने मैं भी सुणिआ, किसे ने इह भी कहा भई इह धरना घट लगदा अजासी दा अड्डा ज़्यादा लगदा, पर उह जिहड़े बकवास करन वाले उन्हां नूं मैं इक चैलेंज करदा कि किते तुसीं भी इह जिहे थावां ते आ के देखो तुहानूं पता लगे कि जिहड़े संघर्ष चलदे ने उह किवें चलदे ने, जिहड़े संघर्ष जिन्हां ने लड़े आ जां तां उन्हां नूं पता जां जिहड़े लड़ रहे आ, जिन्हां ने घुरनिआं चों निकल के नहीं देखणा उह तां बहुत गल्लां करदे ने ते पर उन्हां गल्लां नूं असीं हमेशा इगनोर करांगे तां वधिया रहांगे क्योंकि असीं इन्हां घटिया लोकां दे बार बार जवाब नहीं दे सकते गलत गल्लां दे, असीं आपदे मतलब जिहड़ा एजुटेशन आ उहदे वल ध्यान रखिए उहदे ते केंद्रित होइए ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਜਿੱਤ ਸਕੀਏ। ਮੈਂ ਇਹੀ ਕਹਿਣਾ ਚਾਹੂੰਗਾ ਵੀ ਜਿਹੜੇ ਸੰਘਰਸ਼ ਹੁੰਦੇ ਆ ਇਹ ਸ਼ੌਂਕ ਨਹੀਂ ਹੁੰਦੇ, ਇਹ ਮਜਬੂਰੀਆਂ ਹੁੰਦੀਆਂ ਨੇ, ਤੇ ਜਿਹੜੇ ਬੱਚੇ ਆ ਇਹ ਚੰਗੇ ਘਰਾਂ ਦੇ ਬੱਚੇ ਆ, ਉੱਥੇ ਮਹਿਲਾਂ ਵਰਗੇ ਘਰਾਂ 'ਚ ਰਹਿੰਦੇ ਸੀ, ਇੱਥੇ ਤੰਬੂ ਲਾਏ ਬੈਠੇ ਨੇ ਅਤੇ ਇਹਨਾਂ ਦਾ ਕਿਹੜਾ ਜੀ ਕਰਦਾ ਵੀ ਇਹ ਠੰਡ ਦੇ ਵਿੱਚ ਬੈਠ ਗਏ। ਅਤੇ ਮੈਂ ਬੇਨਤੀ ਕਰਦਾ ਵੀ ਜਿੰਨੇ ਵੀ ਪੰਜਾਬੀ ਸਟੂਡੈਂਟ ਆ ਜਿਹੜੇ ਸ਼ਨੀ ਐਤਵਾਰ ਵਿਹਲੇ ਆ ਉਹ ਵੱਧ ਤੋਂ ਵੱਧ ਇੱਥੇ ਆਉਣ, ਅਤੇ ਜਿਹੜੇ ਸਾਡੇ ਵਰਗੇ ਬਜ਼ੁਰਗ ਵਿਹਲੇ ਆ ਪਾਰਕਾਂ 'ਚ ਬੈਠੇ ਆ ਉਹ ਵੀ ਇਹਨਾਂ ਬੱਚਿਆਂ ਦੀ ਆ ਕੇ ਸਪੋਰਟ ਕਰਨ ਤਾਂ ਕਿ ਇਹਨਾਂ ਨੂੰ ਹੌਸਲਾ ਮਿਲ ਸਕੇ। ਅਤੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਇਹਨਾਂ ਦੇ ਮਸਲੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ। ਇੱਕ ਥੋੜ੍ਹੀ ਜਿਹੀ ਮੇਰੀ ਇਹ ਵੀ ਬੇਨਤੀ ਆ ਕਿ ਸਾਡੇ ਬਹੁਤ ਪੁਰਾਣੇ ਮਿੱਤਰ ਪੁਰਾਣੇ ਦੋਸਤ ਜਾਂ ਜਦੋਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਸੀ ਉਹਨਾਂ ਸਮਿਆਂ 'ਚ ਵੀ ਅਸੀਂ ਬੜੇ ਤਕੜੇ ਸੰਘਰਸ਼ ਲੜੇ ਆ, ਸਾਥੋਂ ਸੀਨੀਅਰ ਜਾਂ ਸਾਡੇ ਸਮਿਆਂ ਦੇ ਵਿਦਿਆਰਥੀ ਲਾਈਫ ਦੇ ਨੌਜਵਾਨ ਲਾਈਫ ਦੇ ਅਤੇ ਜਾਂ ਉਸ ਤੋਂ ਬਾਅਦ ਟ੍ਰੇਡ ਯੂਨੀਅਨ ਵਿੱਚ ਵੀ ਬਹੁਤ ਸਾਥੀ ਕੰਮ ਕਰਦੇ ਨੇ ਅਤੇ ਜਿਨ੍ਹਾਂ 'ਚੋਂ ਹਜ਼ਾਰਾਂ ਮੇਰੇ ਦੋਸਤ ਮਿੱਤਰ ਪੁਰਾਣੇ ਅਤੇ ਨਵੇਂ ਅੱਜ ਬ੍ਰੈਂਪਟਨ ਜਾਂ ਮਿਸੀਸਾਗਾ ਜਾਂ ਇੱਥੇ ਬੈਠੇ ਨੇ। ਅਤੇ ਸਾਡੀ ਉਹਨਾਂ ਨੂੰ ਵੀ ਬੇਨਤੀ ਆ ਕਿ ਜਿਵੇਂ ਆਪਾਂ ਟ੍ਰੇਡ ਯੂਨੀਅਨ ਵੱਲੋਂ ਐਜੂਟੇਸ਼ਨ ਲੜ ਕੇ ਜਾਂ ਪੰਜਾਬ ਦੀ ਵਿਦਿਆਰਥੀ ਜਥੇਬੰਦੀ ਵੱਲੋਂ ਐਜੂਟੇਸ਼ਨ ਲੜ ਕੇ ਸਰਕਾਰਾਂ ਤੋਂ ਪੰਜਾਬ ਦੇ ਵਿੱਚ ਜਾਂ ਭਾਰਤ 'ਚ ਮੰਗਾਂ ਮਨਾਉਂਦੇ ਰਹੇ ਹਾਂ, ਅੱਜ ਅਸੀਂ ਇਹਨਾਂ ਦੀ ਵੀ ਉਸੇ ਤਰ੍ਹਾਂ ਸਪੋਰਟ ਕਰੀਏ ਅਤੇ ਉਹਨਾਂ ਨੂੰ ਮੇਰੀ ਖਾਸ ਕਰਕੇ ਬੇਨਤੀ ਆ ਕਿ ਉਹ ਜ਼ਰੂਰ ਵੱਧ ਤੋਂ ਵੱਧ ਟਾਈਮ ਕੱਢ ਕੇ ਪਹੁੰਚਣ ਤਾਂ ਜੋ ਅਸੀਂ ਇਹਨਾਂ ਜਿਹੜੇ ਬੱਚਿਆਂ ਨੂੰ ਹੌਸਲਾ ਜਿਹੜਾ ਦੇ ਸਕੀਏ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦੇਖ ਸਕਦੇ ਹੋ ਸੰਘਰਸ਼ ਨੂੰ ਦਿਨ ਤਾਂ ਚਲੋ ਕਾਫੀ ਹੋ ਗਏ ਪਰ ਹਵਾ ਚੱਲ ਗਈ, ਇਹ ਨੌਜਵਾਨਾਂ ਨੂੰ ਮਤਲਬ ਸ਼ਾਬਾਸ਼ ਦੇਣੀ ਬਣਦੀ ਆ ਜਿਨ੍ਹਾਂ ਨੇ ਸ਼ਾਂਤਮਈ ਰਹਿ ਕੇ ਪਿਛਲੇ 46 ਤੋਂ 47 ਦਿਨਾਂ ਤੋਂ ਐਨ ਪੂਰਾ ਸੰਘਰਸ਼ ਲੜਿਆ। ਇਸ ਟੈਂਟ ਵਿੱਚ ਟੈਂਟ ਦੀ ਤਸਵੀਰ ਦਿਖਾ ਦਿਓ ਵੀਰੇ,
आ टेंट के इन्ने लख रुपया ला के साढ़े बच्चे इतने रहने मजबूर हो रहे हैं। तो अच्छ कट्ठ देख के लगता भी संघर्ष जित वाल जा रहा है। तो जरूर लगातार तुम इदा दीडियो मोर्चे तो दिखाते रहेंगे, साढ़े पेज न जुड़े रहे हो, वीडियो शेयर जरूर करो। धन्यवाद सारे, वाहेगुरू जी का खालसा, वाहेगुरू जी की फतेह।